ਇਨਸਾਨੋ ਚਾਈਨਾ ਡੋਰ ਨੇ ਸਾਡੀ ਆਜ਼ਾਦੀ ਖਤਮ ਕਰਤੀ, ਸਾਡੀ ਆਜ਼ਾਦੀ ਖਤਮ ਕਰਤੀ, ਸਾਡੇ ਰਿੱਤਾਂ 'ਚ ਫਸ ਜਾਂਦੀ ਹੈ। ਪਤਾ ਨਹੀਂ ਕਿੰਨੇ ਕੁ ਤੜਫ ਤੜਫ ਕੇ ਪੰਛੀ ਮਰਦੇ ਨੇ। ਸਾਡੇ 'ਤੇ ਰਹਿਮ ਕਰੋ, ਸਾਨੂੰ ਵੀ ਜਿਉਣ ਦਾ ਹੱਕ ਹੈ। ਕਿਉਂ ਤੁਸੀਂ ਆਪਣੇ ਸਵਾਰਥ ਪਿੱਛੇ, ਆਪਣੇ ਸੌਂਕ ਪਿੱਛੇ ਸਾਡੀ ਜਾਨ ਨਾ ਦੇ ਮੰਗਰ ਪਏ ਹੋ? ਇਨਸਾਨੋ ਤਰਸ ਕਰੋ। ਅਸੀਂ ਸੰਦੇਸ਼ ਦੇ ਰਹੇ ਹਾਂ ਜੀ, ਸਾਡੀ ਬਾਲ ਮੰਡਲੀ ਬਣੀ ਹੈ ਬਹੁਤ ਚਿਰ ਦੀ। ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੀ, ਕੋਈ ਨਾ ਕੋਈ ਚੰਗਾ ਮੈਸੇਜ ਦੇਣਾ, ਸਮਾਜ ਦੇ ਵਿੱਚ ਸੁਧਾਰ ਕਰਨਾ। ਮੈਂ ਇਹ ਮੈਸੇਜ ਦੇ ਰਿਹਾ ਵੀ ਅਸੀਂ ਆਪਣੇ ਸਵਾਰਥ ਵਾਸਤੇ ਇੱਕ ਚਾਈਨਾ ਦੀ ਡੋਰ ਨਾਲ ਪਤੰਗ ਚੜ੍ਹਾਉਂਦੇ ਹਾਂ। ਉਹਦੇ ਵਿੱਚ ਬਹੁਤ ਜੀਵ ਫਸ ਜਾਂਦੇ ਨੇ, ਜਾਨਵਰ, ਪੰਛੀ, ਅਤੇ ਜਿਨ੍ਹਾਂ ਦਾ ਪਤਾ ਹੁੰਦਾ ਆਪਾਂ ਨੂੰ ਪੰਛੀ ਤੋਂ ਆਪਾਂ ਕੱਢ ਵੀ ਲੈਂਦੇ ਹਾਂ। ਮੈਂ ਇੱਕ ਵਾਰੀ, ਮੇਰੇ ਯਾਦ ਹੈ, ਪੰਛੀ ਪਿਆ ਤੀ ਬਹੁਤ ਖੇਤਾਂ ਦੇ ਵਿੱਚ, ਉਹ ਵਿਚਾਰਾ ਲੜ ਕੇ ਮਰਿਆ ਪਿਆ ਤੀ। ਕਿਉਂਕਿ ਮੈਂ ਬੇਨਤੀ ਅਪੀਲ ਕਰਨਾ ਚਾਹੁੰਦਾ ਪੂਰੇ ਭਾਰਤ ਨੂੰ, ਪੰਜਾਬ ਨੂੰ, ਵੀ ਜਿਹੜੀ ਚਾਈਨਾ ਦੀ ਡੋਰ ਹੈ ਵੀ ਇਹਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ। ਕਿਉਂਕਿ ਇਹ ਜਾਨਵਰ ਜਿਹੜੇ ਜਿਹੜੇ ਜੀਵ ਪੰਛੀ, ਇਹਨਾਂ ਦੀ ਵੀ ਜ਼ਿੰਦਗੀ, ਅਸੀਂ ਆਪਣੇ ਸ਼ੌਂਕ ਵਾਸਤੇ, ਸਵਾਰਥ ਵਾਸਤੇ ਕਿੱਡੀ ਬੜੀ ਘਟੀਆ ਕੰਮ ਕਰ ਰਹੇ ਹਾਂ। ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ, ਕਿਉਂਕਿ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਅੱਜ ਕੱਲ੍ਹ। ਬਹੁਤ ਵਧੀਆ ਪਰਲ ਹੈ ਜੀ, ਸਲਾਹਣ ਯੋਗ ਹੈ, ਚੰਗੀ ਗੱਲ ਹੈ। ਬਹੁਤ ਜਿਹੜੇ ਕੰਮ ਕਰ ਰਹੇ ਨੇ ਪੁਲਿਸ ਵਾਲੇ, ਮੈਂ ਤਾਂ ਉਹਨਾਂ ਲਈ ਦੁਆਵਾਂ ਕਰਦਾ ਕਿ ਭਾਈ ਇਹ ਬੇਦਵਾਨਾਂ ਦੀ ਜਿਹੜੀ ਸੇਵਾ ਕਰ ਰਹੇ ਹੋ, ਉਹ ਕਹਿੰਦੇ ਤਪੋ ਰਾਜ ਦੇ ਰਾਜੋ ਨਰਕ, ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ। ਉਹ ਜਿਵੇਂ ਅੱਜ ਕੱਲ੍ਹ ਤੁਸੀਂ ਦੇਖ ਹੀ ਰਹੇ ਹੋ ਵੀ ਚਾਈਨਾ ਦੀ ਡੋਰ ਹਰੇਕ ਬੰਦਾ ਚੱਕੀ ਫਿਰਦਾ। ਇਕੱਲੇ ਪੰਛੀ ਨਹੀਂ, ਇਹਦੇ ਨਾਲ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ। ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿਸੇ ਦਾ ਕੰਨ ਲੈ ਜਾਂਦਾ, ਕਿਸੇ ਦੀ ਗਰਦਨ 'ਤੇ ਡੋਰ ਫਸ ਜਾਂਦੀ ਹੈ, ਕਾਫੀ ਖਤਰਨਾਕ ਹੈ। ਖਤਰਨਾਕ, ਇੰਨੀ ਖਤਰਨਾਕ ਜੀ, ਇਹ ਤਾਂ ਟੁੱਟਦੀ ਵੀ ਨਹੀਂ ਜੀ। ਕਈ ਵਾਰੀ ਪੈਰ 'ਚ ਫਸ ਜਾਵੇ, ਜਦੋਂ 4-5 ਇੱਥੇ ਗੋਦੀਆਂ ਪਈਆਂ ਪਈਆਂ ਹੁੰਦੀਆਂ ਨੇ, ਕਈ ਪੈਰ 'ਚ ਫਸ ਜਾਵੇ, ਇਹ ਤਾਂ ਕਲੀ ਵੀ ਟੁੱਟਦੀ, 4-5 ਤਾਂ ਕਿਤੋਂ ਟੁੱਟਣਗੀਆਂ। ਇਹ ਤਾਂ ਜਮੀ ਨੁਕਸਾਨ ਤਾਂ ਸਮਝ ਲਓ ਵੀ ਅਸੀਂ ਇੱਕ ਤਰ੍ਹਾਂ ਦੇ ਕੰਚ ਕੰਡਾ ਰਹੇ ਹਾਂ ਧਰਤੀ 'ਤੇ। ਸੋ ਤੁਸੀਂ ਇੱਕ ਵੱਖਰੇ ਢੰਗ ਨਾਲ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਡੋਰ ਹੈ। ਬਿਲਕੁਲ ਜੀ, ਬਿਲਕੁਲ, ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ। ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇਹ ਸੰਦੇਸ਼ਾ ਜਿਹੜਾ ਇਹਨੂੰ ਮੰਨੋ, ਅਤੇ ਬੇਨਤੀ ਕਰਦੇ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਆਪਾਂ ਰੋਜ਼ੀ ਰੋਟੀ ਕਮਾ ਕੇ ਖਾਂਦੇ, ਕਿਹੜਾ ਅੱਗੇ ਡੋਰ ਵਿੱਚ ਕੀ ਖਾਂਦੇ ਹੈਗੇ ਕਿ ਨਹੀਂ। ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ, ਹਰੇਕ ਬੰਦਾ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ, ਪਰ ਧਰਮ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ। ਲਈ ਧਰਮ ਨੂੰ, ਆਪਣੇ ਧਰਮ ਨੂੰ ਮੂਹਰੇ ਰੱਖ ਕੇ ਇਹਨਾਂ ਪੰਛੀਆਂ ਬਾਰੇ ਸੋਚੋ। ਜਿਹੜੇ ਬੰਦੇ ਕਿਸੇ ਦੀ ਬਾਂਹ ਵੱਢ ਗਈ, ਕਿਸੇ ਦਾ ਕੰਨ ਵੱਢ ਗਿਆ, ਕਿਸੇ ਦੀ ਅੱਖ ਵੱਢ ਗਈ, ਨੁਕਸਾਨ ਹੁੰਦਾ ਹੈ, ਉਹਨਾਂ ਬਾਰੇ ਸੋਚੋ। ਅੰਤ 'ਚ ਇੱਕ ਪੰਛੀ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੋਗੇ? ਇਹੀ ਸੇਮ ਇੱਕ ਐਕਟਿੰਗ ਕਰਕੇ ਜਿਹੜੀ ਤੁਹਾਡੀ ਬਹੁਤ ਸਰਾਹੀ ਜਾ ਰਹੀ ਐਕਟਿੰਗ। ਐਕਟਿੰਗ ਤਾਂ ਕੀ ਹੈ ਜੀ, ਮੈਂ ਤਾਂ ਐਕਟਿੰਗ ਇੱਕ ਥੋੜ੍ਹਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ, ਰੱਬ ਨੂੰ, ਜਿਹੜੀ ਅੱਜ ਦੀ ਦੁਰਦਸ਼ਾ ਹੋਈ ਪਈ ਆ ਸਾਡੇ ਭਾਰਤ ਦੀ। ਸਾਡੇ ਭਾਰਤ 'ਤੇ ਬਹੁਤ ਪਿਆਰ ਹੁੰਦਾ ਜੀ,
ਬੰਦੇ ਦਾ ਜੀਣ ਨੂੰ ਵੀ ਜੀ ਕਰਦਾ ਸੀ। ਅੱਜ ਕੱਲ੍ਹ ਮਤਲਬ ਕਿ ਇੱਕ ਛੋਟੇ ਦੇ ਦੱਬਦੇ ਮੈਂ ਗੀਤ ਲਿਖਿਆ ਰੱਬ ਨੂੰ, ਤੈਂ ਦਾਤਾ ਸਾਨੂੰ ਬੰਦੇ ਬਣਾਇਆ, ਕਿੰਨਾ ਸੋਹਣਾ ਕਾਜ ਰਚਾਇਆ, ਤੈਂ ਦਾਤਾ ਸਾਨੂੰ ਬੰਦੇ ਬਣਾਇਆ, ਕਿੰਨਾ ਸੋਹਣਾ ਕਾਜ ਰਚਾਇਆ, ਬੰਦਾ ਬੰਦੇ ਦੇ ਕੰਮ ਨਹੀਂ ਆਵੇ, ਬੰਦਾ ਬੰਦੇ ਦੇ ਕੰਮ ਨਹੀਂ ਆਵੇ, ਖਬਰ ਕਿੱਧਰ ਉਲਝੀ ਜਾਵੇ, ਜੀਣਾ ਵੀ ਕੀ ਜੀਣਾ ਇੱਥੇ, ਜੀਣਾ ਵੀ ਕੀ ਜੀਣਾ ਇੱਥੇ, ਦੁਨੀਆ ਬਣ ਗਈ ਨੋਟਾਂ ਦੀ, ਜਾਂ ਤੂੰ ਸਾਨੂੰ ਮਿੱਟੀ ਬਣਾ ਦੇ, ਜਾਂ ਮਤ ਬਦਲ ਦੇ ਲੋਕਾਂ ਦੀ, ਜਾਂ ਤੂੰ ਸਾਨੂੰ ਮਿੱਟੀ ਬਣਾ ਦੇ, ਜਾਂ ਮਤ ਬਦਲ ਦੇ ਲੋਕਾਂ ਦੀ, ਤੂੰ ਮਤ ਬਦਲ ਦੇ ਲੋਕਾਂ ਦੀ, ਤੈਂ ਦਾਤਾ ਸਾਨੂੰ ਬੰਦੇ ਬਣਾਇਆ।